ਚ ਸਿਲੰਡਰ ਫਟਣ ਦੇ ਕਾਰਨ ਪਰਿਵਾਰ ਦੇ 4 ਜੀ ਬੁਰੀ ਤਰ੍ਹਾਂ ਝੁਲਸ ਗਏ। ਸਿਲੰਡਰ ਤੇ ਹੋਏ ਜ਼ਬਰਦਸਤ ਧਮਾਕੇ ਦੇ ਕਾਰਨ ਪਤੀ ਪਤਨੀ ਤੇ ਉਹਨਾਂ ਦੇ 2 ਬੱਚੇ, ਜਿਨ੍ਹਾਂ ਚੋਂ ਇੱਕ 7 ਸਾਲ ਦਾ ਬੇਟਾ ਹੈ ਤੇ 1 ਸਾਲ ਦੀ ਬੇਟੀ ਹੈ, ਉਹ ਵੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਸ਼ੋਰ ਸੁਣਨ ਤੋਂ ਬਾਅਦ ਤੁਰੰਤ ਹਸਪਤਾਲ ਪਹੁੰਚਾਇਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਲੋਕਾਂ ਨੇ ਐਂਬੂਲੈਂਸ ਨੂੰ ਵੀ ਫੋਨ ਕੀਤਾ, ਪਰ ਕੋਈ ਐਂਬੂਲੈਂਸ ਨਹੀਂ ਆਈ। ਪਰ ਲੋਕਾਂ ਦੀ ਮਦਦ ਨਾਲ ਹੀ ਉਹਨਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਰਾਹੁਲ ਦੀ ਪਤਨੀ ਪੂਜਾ, ਜੋ ਆਪਣੀ ਰਸੋਈ 'ਚ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਸਿਲੰਡਰ ਦੇ ਵਿੱਚੋਂ ਗੈਸ ਲੀਕ ਦੀ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਸਿਲੰਡਰ ਨੂੰ ਤੁਰੰਤ ਪਾਣੀ 'ਚ ਰੱਖਿਆ ਗਿਆ, ਪਰ ਦੇਖਦੇ ਹੀ ਸਿਲੰਡਰ ਫਟ ਗਿਆ ਅਤੇ ਕਮਰੇ ਦਾ ਸਾਰਾ ਸਮਾਨ ਅੱਗ ਲੱਗਣ ਕਾਰਨ ਰਾਖ ਹੋ ਗਿਆ। ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ 40% ਝੁਲਸੇ ਪਰਿਵਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਵੱਲੋਂ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 'ਚ ਹਸਪਤਾਲ ਰੈਫਰ ਕੀਤਾ ਗਿਆ। ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਸਿਲੰਡਰ ਫਟਣ ਦੇ ਕਾਰਨ ਭਾਰੀ ਨੁਕਸਾਨ ਹੋਇਆ, ਪਰਿਵਾਰ ਦੇ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਹੁਣ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ। ਆਪਣਾ ਨਾਮ ਜੀ ਸੁੱਚਾ ਸਿੰਘ। ਕੀ ਹੋਇਆ ਕੀ ਅੱਜ? ਭਾਜੀ ਆਪਾਂ ਨਾ ਗਲੀ 'ਚ ਆਪਣੇ ਘਰ 'ਚ ਸੋ ਰਹੇ ਸੀ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਹੀ, ਸਾਡੇ ਨਾਲ ਘਰ ਦੇ ਨਾਲ ਹੀ ਕਿਰਾਏ ਦੇ ਮੁੰਡਾ ਰਹਿੰਦਾ ਜੀ, ਉਹਨਾਂ ਦੀ ਸਿਲੰਡਰ ਦੇ ਲੀਕ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ। ਹਾਂਜੀ। ਤੇ ਕਿਹੜੇ ਮੁਹੱਲੇ 'ਚ ਹੋਇਆ? ਮੁਹੱਲਾ ਜੀ ਭਾਰਤੀ ਕਲੋਨੀ 'ਚ ਹੋਇਆ। ਕਿੰਨੇ ਬੰਦੇ ਝੁਲਸੇ 'ਚ? 4 ਬੰਦੇ ਝੁਲਸੇ ਜੀ, 2 ਬੱਚੇ ਜੀ, ਇੱਕ ਉਹਨਾਂ ਦੀ ਲੇਡੀਜ਼ ਹੈ ਜੀ, ਇੱਕ ਆਪ ਹੈ ਮੁੰਡਾ। ਇਹ ਵਾਕਿਆ ਕਿੱਦਾਂ ਵਾਪਰਿਆ? ਵਾਪਰਿਆ ਜੀ ਖਾਣਾ ਖੁਣਾ ਬਣਾਉਣ ਲੱਗੇ ਹੋਣੇ ਜੀ, ਬਾਕੀ ਅਸੀਂ ਤਾਂ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ। ਅੱਛਾ ਜੀ। ਹਾਂਜੀ, ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ, ਅਸੀਂ ਇਹਨਾਂ ਨੂੰ ਚੱਕਿਆ ਤੇ ਹਸਪੀਟਲ ਲੈ ਕੇ ਆ ਗਏ। ਜਿਹੜਾ ਬੰਦਾ, ਉਮਰ ਕਿੰਨੀ ਹੋਣੀ ਹੈ? ਉਮਰ ਇਹਨਾਂ ਦੀ ਘੱਟੋ ਘੱਟ 30 ਸਾਲ ਹੋਣੀ ਜੀ। ਜਿਹੜਾ ਬੰਦਾ ਝੁਲਸਿਆ ਵਾ ਇਹਦਾ ਕੀ ਨਾਮ ਹੈ? ਇਹਦਾ ਨਾਮ ਹੈਗਾ ਜੀ ਰਾਹੁਲ। ਅੱਛਾ ਜੀ, ਇਹਨਾਂ ਬੱਚਿਆਂ ਦਾ ਕੀ ਨਾਮ ਹੈ? ਬੱਚਿਆਂ ਦਾ ਨਾਮ ਪਾ ਜੀ। ਕੀ ਉਮਰ ਹੋਣੀ ਇਹਨਾਂ ਦੀ? ਉਮਰ ਬੱਚਿਆਂ ਦੀ ਉਹੀ 10 ਸਾਲ ਹੋਣੀ, 6-7 ਸਾਲ ਤੋਂ 10 ਸਾਲ। ਪ੍ਰਵਾਸੀ ਨੇ? ਪ੍ਰਵਾਸੀ ਹੈ ਜੀ। ਅੱਛਾ ਜੀ। ਹਾਂਜੀ, ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ। ਇਹ ਜਿਹੜਾ ਰਾਹੁਲ ਹੈ ਕੰਮ ਕੀ ਕਰਦੇ? ਫੈਕਟਰੀ 'ਚ ਡਰਾਈਵਰੀ ਕਰਦਾ ਜੀ, ਫੈਕਟਰੀ 'ਚ। ਹਾਂਜੀ। ਕਿੰਨੀ ਕੁ ਦੇਰ ਤੋਂ ਰਹਿ ਰਹੇ ਨੇ ਇੱਥੇ ਜਿੱਥੇ ਰਹਿ ਰਹੇ? 1.5 ਮਹੀਨਾ ਹੋਇਆ ਬੱਚੇ, 1.5-2 ਮਹੀਨਾ ਹੋਇਆ ਬੱਚੇ ਇਹਦੇ ਲੱਗੇ। ਜ਼ਿਆਦਾ 1.5 ਮਹੀਨਾ ਜੀ। ਘਰ 'ਚ ਸਿਲੰਡਰ ਫਟਣ ਦੇ ਕਾਰਨ ਪਰਿਵਾਰ ਦੇ 4 ਜੀ ਬੁਰੀ ਤਰ੍ਹਾਂ ਝੁਲਸ ਗਏ। ਸਿਲੰਡਰ ਤੇ ਹੋਏ ਜ਼ਬਰਦਸਤ ਧਮਾਕੇ ਦੇ ਕਾਰਨ ਪਤੀ ਪਤਨੀ ਤੇ ਉਹਨਾਂ ਦੇ 2 ਬੱਚੇ, ਜਿਨ੍ਹਾਂ ਚੋਂ ਇੱਕ 7 ਸਾਲ ਦਾ ਬੇਟਾ ਹੈ ਤੇ 1 ਸਾਲ ਦੀ ਬੇਟੀ ਹੈ, ਉਹ ਵੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਸ਼ੋਰ ਸੁਣਨ ਤੋਂ ਬਾਅਦ ਤੁਰੰਤ ਹਸਪਤਾਲ ਪਹੁੰਚਾਇਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਲੋਕਾਂ ਨੇ ਐਂਬੂਲੈਂਸ ਨੂੰ ਵੀ ਫੋਨ ਕੀਤਾ, ਪਰ ਕੋਈ ਐਂਬੂਲੈਂਸ ਨਹੀਂ ਆਈ। ਪਰ ਲੋਕਾਂ ਦੀ ਮਦਦ ਨਾਲ ਹੀ ਉਹਨਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਰਾਹੁਲ ਦੀ ਪਤਨੀ ਪੂਜਾ, ਜੋ ਆਪਣੀ ਰਸੋਈ 'ਚ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਸਿਲੰਡਰ ਦੇ ਵਿੱਚੋਂ ਗੈਸ ਲੀਕ ਦੀ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਸਿਲੰਡਰ ਨੂੰ ਤੁਰੰਤ ਪਾਣੀ 'ਚ ਰੱਖਿਆ ਗਿਆ, ਪਰ ਦੇਖਦੇ ਹੀ ਸਿਲੰਡਰ ਫਟ ਗਿਆ ਅਤੇ ਕਮਰੇ ਦਾ ਸਾਰਾ ਸਮਾਨ ਅੱਗ ਲੱਗਣ ਕਾਰਨ ਰਾਖ ਹੋ ਗਿਆ। ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ 40% ਝੁਲਸੇ ਪਰਿਵਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਵੱਲੋਂ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 'ਚ ਹਸਪਤਾਲ ਰੈਫਰ ਕੀਤਾ ਗਿਆ। ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਸਿਲੰਡਰ ਫਟਣ ਦੇ ਕਾਰਨ ਭਾਰੀ ਨੁਕਸਾਨ ਹੋਇਆ, ਪਰਿਵਾਰ ਦੇ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਹੁਣ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ। ਆਪਣਾ ਨਾਮ ਜੀ ਸੁੱਚਾ ਸਿੰਘ। ਕੀ ਹੋਇਆ ਕੀ ਅੱਜ? ਭਾਜੀ ਆਪਾਂ ਨਾ ਗਲੀ 'ਚ ਆਪਣੇ ਘਰ 'ਚ ਸੋ ਰਹੇ ਸੀ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਹੀ, ਸਾਡੇ ਨਾਲ ਘਰ ਦੇ ਨਾਲ ਹੀ
ਕਰਾਏ ਦੇ ਮੁੰਡਾ ਰਹਿੰਦਾ ਜੀ। ਅੱਛਾ ਜੀ। ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ। ਅੱਛਾ ਜੀ। ਹਾਂਜੀ। ਤੇ ਕਿਹੜੇ ਮਹੱਲੇ 'ਚ ਹੋਇਆ? ਮਹੱਲਾ ਹੀ ਭਾਰਤੀ ਕਲੋਨੀ 'ਚ ਹੋਇਆ। ਕਿੰਨੇ ਬੰਦੇ ਝੁਲਸੇ 'ਚ? ਚਾਰ ਬੰਦੇ ਝੁਲਸੇ ਜੀ, ਦੋ ਬੱਚੇ ਜੀ, ਇੱਕ ਉਹਨਾਂ ਦੀ ਲੇਡੀਜ਼ ਹੈ ਜੀ, ਇੱਕ ਆਪ ਹੈ ਮੁੰਡਾ। ਵਾਕਿਆ ਕਿੱਦਾਂ ਵਾਪਰਿਆ? ਵਾਪਰਿਆ ਜੀ, ਖਾਣਾ ਖੁਣਾ ਬਣਾਉਣ ਲੱਗੇ ਹੁਣੇ ਜੀ, ਬਾਕੀ ਅਸੀਂ ਤਾਂ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ। ਅੱਛਾ ਜੀ। ਹਾਂਜੀ, ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ, ਅਸੀਂ ਇਹਨਾਂ ਨੂੰ ਚੱਕਿਆ ਅਤੇ ਹੋਸਪਿਟਲ ਲੈ ਕੇ ਆ ਗਏ। ਜਿਹੜਾ ਬੰਦਾ, ਉਮਰ ਕਿੰਨੀ ਕੁ ਹੋਣੀ ਹੈ? ਉਮਰ ਇਹਨਾਂ ਦੀ ਘੱਟੋ ਘੱਟ 30 ਸਾਲ ਹੋਣੀ ਜੀ। ਜਿਹੜਾ ਬੰਦਾ ਝੁਲਸਿਆ ਵਾ, ਇਹਦਾ ਕੀ ਨਾਮ ਹੈ? ਇਹਦਾ ਨਾਮ ਹੈਗਾ ਜੀ ਰਾਹੁਲ। ਅੱਛਾ ਜੀ। ਇਹਨਾਂ ਬੱਚਿਆਂ ਦਾ ਕੀ ਨਾਮ ਹੈ? ਬੱਚਿਆਂ ਦਾ ਨਾਮ ਤਾਂ ਨਹੀਂ। ਕੀ ਉਮਰ ਹੋਣੀ ਇਹਨਾਂ ਦੀ? ਉਮਰ ਬੱਚਿਆਂ ਦੀ ਉਹੀ 10 ਕੁ ਸਾਲ ਹੋਣੀ, 6-7 ਸਾਲ ਤੋਂ 10 ਸਾਲ। ਪ੍ਰਵਾਸੀ ਹੈ ਜੀ। ਅੱਛਾ ਜੀ। ਹਾਂਜੀ। ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ। ਇਹ ਜਿਹੜਾ ਰਾਹੁਲ ਹੈ, ਕੰਮ ਕੀ ਕਰਦਾ? ਡਰਾਈਵਰੀ ਕਰਦਾ ਜੀ ਫੈਕਟਰੀ 'ਚ। ਹਾਂਜੀ। ਕਿੰਨੀ ਕੁ ਦੇਰ ਤੋਂ ਰਹਿ ਰਹੇ ਨੇ ਇੱਥੇ? ਜਿੱਥੇ ਰਹਿ ਰਹੇ? ਡੇਢ ਮਹੀਨਾ ਹੋਇਆ ਬਸ, ਡੇਢ ਦੋ ਮਹੀਨਾ ਹੋਇਆ ਬਸ ਲਾਗੇ। ਜ਼ਿਆਦਾ ਡੇਢ ਮਹੀਨਾ ਜੀ।